ਬਹੁਤ ਸਮੇਂ ਤੋਂ ਇੱਕ ਕਹਾਣੀ ਚੱਲਦੀ ਆ ਰਹੀ ਹੈ, ਜਾਂ ਕਹਾਵਤ ਕਹਿ ਲਓ, ਜਾਂ ਸਿਆਣਿਆਂ ਦੇ ਬੋਲ ਕਹਿ ਲਓ, ਕਿ ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਸਿੱਖ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ। ਅੱਜ ਕੱਲ੍ਹ ਸਾਡੀ ਕੌਮ ਦੀਆਂ ਜੜ੍ਹਾਂ ਦੇ ਵਿੱਚ ਦਾਤੀ ਫੇਰਨ ਦਾ ਕੰਮ ਸਾਡੇ ਆਪਣੇ ਕਰ ਰਹੇ ਨੇ। ਅੱਜ ਕੱਲ੍ਹ ਸਾਡੀ ਕੌਮ ਨੂੰ ਜੇ ਪਿੱਛੇ ਧੱਕਣ ਤੇ ਲੱਗੇ ਨੇ, ਡੇਰਿਆਂ ਨੂੰ ਅੱਗੇ ਲਿਆਉਣ ਤੇ ਲੱਗੇ ਨੇ, ਤਾਂ ਉਹ ਸਾਡੇ ਆਪਣੇ ਕਰ ਰਹੇ ਨੇ। ਮੈਂ ਸਾਫ ਸ਼ਬਦਾਂ ਚ ਕਹਿਦਾ ਕਿ ਆ ਦਾਦੂ ਬਾਲ ਵਰਗੇ RSS ਦੇ ਏਜੰਟ ਬਣ ਕੇ ਦਾੜਾ ਪ੍ਰਕਾਸ਼ ਹੈ, ਸਿਰ ਤੇ ਦਮਾਲਾ ਤੇ 5 ਕਕਾਰ ਵੀ ਪਹਿਨੇ ਹੋਏ ਹੈ, ਦਿਸਣ ਦੇ ਵਿੱਚ ਸਿੱਖ ਲੱਗਦਾ, ਅੰਮ੍ਰਿਤਧਾਰੀ ਸਿੱਖ ਲੱਗਦਾ, ਪਰ ਜੋ ਨੀਤੀਆਂ ਨੇ, ਜੋ RSS ਦੇ ਝੰਡੇ ਤੇ ਕੰਮ ਕਰ ਰਿਹਾ, ਜੋ ਸਰਕਾਰਾਂ ਦੇ ਕਹਿਣ ਤੇ ਸਿੱਖ ਕੌਮ ਦੀਆਂ ਜੜ੍ਹਾਂ ਦੇ ਵਿੱਚ ਦਾਤੀ ਫੇਰ ਰਿਹਾ, ਉਹ ਦਾਦੂ ਵਾਲਾ। ਉਹਦੀ ਨੀਤ ਤੋਂ ਪਤਾ ਲੱਗਦਾ, ਉਹਦੇ ਚਾਲ ਚੱਲਣ ਤੋਂ ਪਤਾ ਲੱਗਦਾ, ਦੇਖਣ ਦੇ ਵਿੱਚ ਸਾਡਾ ਲੱਗਦਾ, ਪਰ ਜੋ ਅੰਦਰੋਂ ਦਿਲ ਤੇ ਦਿਮਾਗ ਤੋਂ ਜੋ ਨੀਤੀਆਂ ਖੇਡੀਆਂ ਜਾ ਰਹੀਆਂ ਨੇ, ਉੱਥੋਂ RSS ਦਾ ਏਜੰਟ ਸਿੱਧ ਹੁੰਦਾ ਕਿ ਇਹ RSS ਦਾ ਏਜੰਟ ਹੈ। ਬਿਲਕੁਲ ਸਿੱਧ ਸਾਫ ਤਾਂ ਪਹਿਲਾਂ ਹੀ ਹੋ ਗਿਆ ਸੀ, ਜਦੋਂ ਇੱਕ ਪਾਸੇ ਅਸੀਂ ਅੰਦੋਲਨ ਲੜ ਰਹੇ ਸੀ ਤੇ ਇੱਕ ਪਾਸੇ ਇਹ ਵਿਜੇ ਸਾਂਪਲੇ ਵਰਗਿਆਂ ਨੂੰ ਆਪਦੇ ਗੁਰਦੁਆਰੇ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰ ਰਿਹਾ ਸੀ। ਵਿਰੋਧ ਹੋਣ ਦੇ ਬਾਵਜੂਦ ਵੀ ਇਹਦੇ ਬਾਰ ਦੇ ਵਿੱਚ ਅਸੀਂ ਧਰਨਾ ਲਾ ਕੇ ਬੈਠੇ ਸੀ, ਤੇ ਵੱਡਾ ਖੱਬੀ ਖਾਨ ਬਾਹਰ ਤੱਕ ਨਹੀਂ ਨਿਕਲਿਆ ਸੀ, ਜਿਹੜਾ ਕਹਾਉਂਦਾ ਸੀ ਮੈਂ ਕਰ ਦੂ ਬਾਹ ਕਰ ਦੂ, ਮੇਰੇ ਕੋਲ ਅਸਲ ਹੈ, ਗੁੰਡਾਗਰਦੀ ਬਹੁਤ ਕਰਦਾ ਰਿਹਾ ਇਹ ਬੰਦਾ। ਦਾਦੂ ਪਿੰਡ ਦੇ ਲੋਕ ਖੇਤ ਜਾਣ ਤੋਂ ਵੀ ਡਰਨ ਲੱਗ ਗਏ ਸੀ, ਕਹਿੰਦੇ ਜੇ ਇਹਦੇ ਵਿਰੁੱਧ ਚੱਲਾਂਗੇ ਤਾਂ ਸਾਨੂੰ ਇਹ ਨਹੀਂ ਪਤਾ ਖੇਤ ਜਾਂਦਿਆਂ ਨੂੰ ਮਰਵਾ ਦੇਵੇ, ਇਹੋ ਜਿਹਾ ਇਹ ਇਨਸਾਨ ਰਿਹਾ। ਪਰ ਮੈਂ ਅੱਜ ਖੁੱਲ ਕੇ ਬੋਲ ਰਿਹਾ ਕਿ ਇਹੋ ਜਿਹੇ ਮਸੰਦ ਲੋਕਾਂ ਨੇ, ਇਹੋ ਜਿਹੇ RSS ਦੇ ਟੁਕੜ ਬੋਚਾਂ ਨੇ ਸਾਡੀ ਕੌਮ ਦਾ ਘਾਣ ਕੀਤਾ, ਸਾਡੀ ਕੌਮ ਦਾ ਨੁਕਸਾਨ ਕੀਤਾ, ਪਰ ਇੱਥੇ ਕੋਈ ਬੋਲਣ ਨੂੰ ਤਿਆਰ ਨਹੀਂ। ਇੱਥੇ ਸਾਡੀ ਕੌਮ ਨੂੰ ਹਰ ਕੋਈ ਘੁਣ ਵਾਂਗੂ ਲੱਗਿਆ ਹੋਇਆ, ਕੋਈ ਪੱਗਾਂ ਬੰਨ ਕੇ ਸਾਡੀ ਕੌਮ ਨੂੰ ਲੁੱਟਣ ਤੇ ਲੱਗਿਆ, ਤੇ ਕੋਈ ਗਾਤਰੇ ਪਾ ਕੇ ਲੱਗਿਆ, ਕੋਈ ਸਾਡੇ 5 ਕਕਾਰ ਪਾ ਲੈਂਦਾ, ਦਾੜੇ ਪ੍ਰਕਾਸ਼ ਕਰ ਲੈਂਦਾ, ਪਰ ਅੰਦਰੋਂ ਨੀਤੀ ਮਾੜੀ ਹੁੰਦੀ ਹੈ ਕੌਮ ਦੇ ਪ੍ਰਤੀ। ਪਰ ਅਸੀਂ ਚੁੱਪ ਬੈਠੇ ਹਾਂ, ਸਾਡੀ SGPC ਚੁੱਪ ਬੈਠੀ ਹੈ, ਸਾਡੇ ਆਗੂ ਚੁੱਪ ਬੈਠੇ ਹੈ, ਬੋਲੂ ਕੌਣ? ਜਿਨ੍ਹਾਂ ਨੇ ਬੋਲਣਾ ਸੀ ਉਹ ਤਾਂ ਆਪ ਕਾਣੇ ਹੈ, ਜਿਨ੍ਹਾਂ ਨੇ ਬੋਲਣਾ ਸੀ ਉਹ ਆਪ ਕਾਣੇ ਹੋਏ ਬੈਠੇ ਹੈ। ਕੋਈ ਬਾਦਲ ਕਿਆਂ ਦੀ ਝੋਲੀ ਚ ਬੈਠਾ, ਕੋਈ BJP ਦੀ ਝੋਲੀ ਚ ਬੈਠਾ, ਕੋਈ ਕਾਂਗਰਸ ਦੀ ਝੋਲੀ ਚ ਬੈਠਾ, ਤੇ ਕੋਈ ਆ ਨਵੇਂ ਝਾੜੂ ਵਾਲਿਆਂ ਦੀ ਝੋਲੀ ਚ ਬੈਠਾ, ਬੋਲੂ ਕੌਣ? ਇੱਥੇ ਦੇਖਣ ਦੇ ਵਿੱਚ ਤਾਂ ਸਿੱਖ ਲੱਗਦੇ ਆ ਬੰਦੇ, ਪਰ ਸਾਥ ਕਿਹਨਾਂ ਦੇ ਦਿੰਦਾ? ਕੋਈ RSS ਦਾ, ਆ ਕੋਈ ਦਿੱਲੀ ਵਾਲੀ ਜੁੰਡਲੀ ਦਾ, ਕੋਈ ਨਾਗਪੁਰ ਜੁੜਿਆ ਬੈਠਾ। ਮੈਥੋਂ ਅੱਜ ਸੱਚ ਨਿਕਲਣਾ ਮੂੰਹ ਦੇ ਵਿੱਚੋਂ, ਕਿਉਂਕਿ ਯਾਰ ਇਹਨਾਂ ਲੋਕਾਂ ਨੇ ਇੰਨਾ ਕੁ ਘਾਣ ਕਰਤਾ, ਜੇ ਅਸੀਂ ਅੱਜ ਤੱਕ ਬੋਲੇ ਨੀ, ਆਮ ਜਨਤਾ ਬੋਲੀ ਨੀ, ਤਾਂ ਇਹਨਾਂ ਨੇ ਆ ਮੌਜ ਮਸਤੀਆਂ ਕੀਤੀਆਂ ਨੇ। ਆ ਦੇਖ ਲਓ ਨਵੀਂ ਕਰਤੂਤ ਦਾਦੂਵਾਲ ਦੀ ਮੈਂ ਦਿਖਾਉਣ ਲੱਗਿਆ। ਡੇਰਿਆਂ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਇਹ,
ਸਰਕਾਰਾਂ ਨਾਲ ਰਲ ਕੇ ਸਾਡੀ ਕੌਮ ਦਾ ਘਾਣ ਕਰਨ ਵਾਲਾ ਇਹ ਬੰਦਾ। ਸ਼ੇਅਰ ਕਰੀ ਚੱਲਿਓ ਭਰਾਵੋ ਦੱਬ ਕੇ, ਜਿਹੜਾ ਜਿਹੜਾ ਭਰਾ ਜੁੜੀ ਗਿਆ ਕਿਰਪਾ ਕਰਕੇ ਸ਼ੇਅਰ ਕਰ ਦਿਓ, ਕਿਉਂਕਿ ਸਰਕਾਰਾਂ ਨੂੰ ਗੱਲਾਂ ਚੁਭਦੀਆਂ ਨੇ, ਕਿਉਂਕਿ ਇਹ ਸਰਕਾਰਾਂ ਦੇ ਏਜੰਟ ਨੇ, ਸਰਕਾਰਾਂ ਦਾ ਕੰਮ ਕਰ ਰਹੇ ਨੇ। ਮੈਂ ਬੋਲਦਾ ਭਾਵੇਂ ਮੈਂ ਜਜ਼ਬਾਤੀ ਆ, ਗਰਮ ਬੋਲ ਜਾਂਦਾ, ਪਰ ਸਾਡੇ ਪੇਜਾਂ ਦੀਆਂ ਰੀਚਾਂ ਘਟਾ ਦਿੰਦੇ ਆ ਜਦੋਂ ਅਸੀਂ ਸੱਚ ਬੋਲਦੇ ਹਾਂ। ਇਸ ਕਰਕੇ ਭਰਾਵੋ ਸਾਰੇ ਤੁਹਾਡੇ ਆ, ਇਹਨੂੰ ਸ਼ੇਅਰ ਕਰ ਦਿਓ ਵੀਡੀਓ ਨੂੰ। ਤੇ ਮੈਂ ਨਵੀਂ ਕਰਤੂਤ ਦਿਖਾਉਣ ਲੱਗਿਆ ਕਿ ਕਿਵੇਂ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਇਹ ਬੰਦੇ ਜਾਣ ਬੁੱਝ ਕੇ। ਆ ਦੇਖ ਸਕਦੇ ਹੋ ਇੱਕ ਪਾਸੇ ਆ ਡੇਰੇ ਬਿਆਸ ਦਾ ਮੁਖੀ ਖੜਾ, ਇੱਕ ਪਾਸੇ ਉਹਨਾਂ ਨੇ ਅੱਜ ਨਵਾਂ ਆਪਣਾ ਕਿਸੇ ਡੇਰੇ ਦਾ ਮੁਖੀ ਥਾਪਿਆ, ਉਹ ਹੱਥ ਜੋੜੀ ਖੜਾ, ਤੇ ਆ ਦੂਜੇ ਪਾਸੇ ਗਾਤਰਾ ਉੱਤੋਂ ਦੀ ਹੈ, ਦਾੜਾ ਪ੍ਰਕਾਸ਼ ਹੈ ਤੇ ਸਿਰ ਤੇ ਦਮਾਲਾ ਹੈ, ਇਹ ਮਸੰਦ, ਇਹ ਟੁਕੜ ਬੋਚ ਆਰਐਸਐਸ ਦਾ, ਜਿਹਦਾ ਨਾਮ ਦਾਦੂ ਵਾਲਾ ਹੈ, ਜਿਹਦਾ ਨਾਮ ਦਾਦੂ ਵਾਲਾ ਹੈ। ਇਹ ਆਪਣੇ ਆਪ ਨੂੰ ਕਹਾਉਂਦਾ ਬਹੁਤ ਵੱਡਾ, ਗੱਲਾਂ ਬਹੁਤ ਉੱਚੀਆਂ ਕਰਦਾ, ਕਦੇ ਕਿਸੇ ਦੇ ਖਿਲਾਫ ਬੋਲਦਾ, ਕਦੇ ਕਿਸੇ ਦੇ ਖਿਲਾਫ ਬੋਲਦਾ। ਵੋਟਾਂ ਤੋਂ ਪਹਿਲਾਂ ਦਾ ਬਿਆਨ ਆਇਆ ਸੀ ਕਿ ਲੱਖਾ ਸਧਾਣਾ ਪੰਥਕ ਨਹੀਂ ਹੈ। ਮੈਂ ਇਹਨੂੰ ਪੁੱਛਦਾ ਵੱਡੇ ਪੰਥਕ ਨੂੰ, ਓਏ ਲੱਖਾ ਸਧਾਣਾ ਤੇਰੇ ਵਾਂਗੂ ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਵੱਡੇ ਪੰਥਕ ਸਿਆ, ਵੱਡੇ ਬਾਬਾ ਜੀ, ਆ ਡੇਰਿਆਂ ਨੂੰ ਪ੍ਰਮੋਟ ਨਹੀਂ ਕਰਦਾ ਲੱਖਾ, ਆ ਜਿਹੜੇ ਤੁਸੀਂ ਪ੍ਰਮੋਟ ਕਰ ਰਹੇ ਹੋ। ਸੰਗਤ ਜੀ ਆ ਦੇਖ ਲਓ, ਇਹਨਾਂ ਡੇਰਿਆਂ ਨੇ ਸਾਨੂੰ ਘੁਣ ਵਾਂਗੂ ਖਾਧਾ, ਇਹਨਾਂ ਡੇਰਿਆਂ ਨੇ ਸਾਨੂੰ ਕਮਜ਼ੋਰ ਕੀਤਾ, ਇਹਨਾਂ ਡੇਰਿਆਂ ਦੇ ਵਿੱਚ ਇਹ ਨਹੀਂ ਪਤਾ ਕੀ ਕੁਛ ਹੁੰਦਾ ਰਿਹਾ, ਸਾਬਤ ਹੋ ਗਿਆ। ਕਈ ਬੰਦੇ ਇੱਥੇ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਨੇ ਅੱਜ, ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਜਿਹੜੇ ਕਦੇ ਕੋਈ ਕਲਗੀ ਲਾਉਂਦਾ ਸੀ ਸਾਡੇ ਗੁਰੂ ਦੀ, ਜਿਹੜੇ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਸੀ, ਉਹ ਜੇਲ੍ਹਾਂ ਚ ਬੈਠੇ ਉਹ ਡੇਰੇ ਚਲਾ ਰਹੇ ਸੀ, ਤੇ ਅੱਜ ਇਹ ਬਿਆਸ ਵਾਲਾ ਡੇਰਾ ਚਲਾ ਰਿਹਾ, ਤੇ ਇਹ ਆਪਦਾ ਇੱਕ ਨਵਾਂ ਮੁਖੀ ਥਾਪ ਰਿਹਾ, ਤੇ ਉੱਥੇ ਦਾਦੂਵਾਲ ਦਾ ਕੀ ਕੰਮ ਹੈ ਭਰਾਵੋ, ਉੱਥੇ ਦਾਦੂਵਾਲ ਕੀ ਕਰ ਰਿਹਾ? ਕਿ ਸਾਡੇ ਸਿਧਾਂਤਾਂ ਦੇ ਵਿੱਚ ਲਿਖਿਆ, ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕਿ ਡੇਰਿਆਂ ਦੇ ਵਿੱਚ ਜਾਓ, ਕਿਸੇ ਦੇਹ ਨੂੰ ਗੁਰੂ ਮੰਨੋ? ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਦਸਵੇਂ ਪਿਤਾ ਜੀ ਕਹਿ ਕੇ ਗਏ ਸੀ ਕਿ ਅੱਜ ਤੋਂ ਬਾਅਦ ਇਹ ਤੁਹਾਡਾ ਗੁਰੂ ਹੈ, ਤੇ ਸਾਡਾ ਸਿਰ ਕੱਲਾ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ, ਤੇ ਇਹ ਦਾਦੂਵਾਲ ਵਰਗੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ। ਜਦੋਂ ਉਹਨਾਂ ਦੀ ਗੱਦੀ ਤੇ ਕੋਈ ਬੈਠਦਾ ਤਾਂ ਇਹ ਜਾ ਕੇ ਬਿਠਾ ਕੇ ਆਉਂਦੇ ਆ, ਇਹ ਆਰਐਸਐਸ ਦੇ ਏਜੰਟ ਦਾ ਕੰਮ ਨਹੀਂ, ਜਾਂ ਇਹ ਕਿਸੇ ਸਰਕਾਰ ਦੇ ਟੁਕੜ ਬੋਚ ਦਾ ਕੰਮ ਨਹੀਂ, ਇਹ ਦੱਸੋ ਕੀ ਦਾ ਕੰਮ ਹੈ, ਗਦਾਰਾਂ ਦਾ ਕੰਮ ਹੀ ਹੈ ਨਾ, ਤੇ ਕਹਾਉਣਾ ਆਪਦੇ ਆਪ ਨੂੰ ਸਿੱਖ, ਤੇ ਕਰਨੀਆਂ ਬਦਮਾਸ਼ੀਆਂ, ਕਰਨੀਆਂ ਗੁੰਡਾਗਰਦੀਆਂ, ਕਹਾਉਣਾ ਆਪਣੇ ਆਪ ਨੂੰ ਪੰਥਕ, ਤੇ ਹਾਜ਼ਰੀਆਂ ਭਰਨੀਆਂ ਕਿਸੇ ਬਿਆਸ ਵਾਲੇ ਡੇਰੇ ਚ, ਕਦੇ ਸਰਸੇ ਵਾਲੇ ਦੇ ਡੇਰੇ ਚ, ਕਦੇ ਕਿਸੇ ਡੇਰੇ ਚ, ਕਦੇ ਬੀਜੇਪੀ ਦੇ ਲੀਡਰਾਂ ਨਾਲ ਮੀਟਿੰਗਾਂ, ਕਦੇ ਬਿਆਸ ਡੇਰੇ ਦੇ ਵਿੱਚ ਫੋਟੋਆਂ, ਇਹ ਕੀ ਹੈ? ਇਹ ਮੈਂ ਪੁੱਛਣਾ ਚਾਹੁੰਦਾ ਵੱਡੇ ਪੰਥਕ ਨੂੰ ਕਿ ਇਹ ਕੀ ਹੈ, ਜਵਾਬ ਦੇ ਦਾਦੂਆ ਸਾਹਿਬ। ਜੇ ਅੱਜ ਡੇਰਿਆਂ ਨੂੰ ਪ੍ਰਮੋਟ ਕਰਨ ਤੇ ਲੱਗੇ ਹੋ ਤਾਂ ਫਿਰ ਆਪਣੇ ਆਪ ਨੂੰ ਸਿੱਖ ਨਾ ਕਹਾਓ, ਆਪਣੇ ਨਾਂ ਪਿੱਛੇ ਸਿੰਘ ਨਾ ਲਾਓ, ਖਾਲਸਾ ਨਾ ਲਾਓ। ਜੇ ਅੱਜ ਪੂਰੇ ਮੁਲਕ ਦੇ ਵਿੱਚ ਜਿਹੜੀ ਬੀਜੇਪੀ ਸਾਡੇ ਸਿੰਘਾਂ ਨੂੰ ਮਾਰਨ ਤੇ ਲੱਗੀ ਹੋਈ ਹੈ, ਕਿ
ਇੰਨੇ ਸਾਡੇ ਬੰਦੇ ਸ਼ਹੀਦ ਕਰਤੇ, ਦੀਪ ਸਿੱਧੂ ਤੋਂ ਲੈ ਕੇ ਸਿੱਧੂ ਮੂਸੇਵਾਲਾ, ਨਿੱਜਰ, ਖੰਡਾ, ਕਿੱਥੇ ਕਿੱਥੇ ਬੀਜੇਪੀ ਲੱਗੀ ਹੈ ਤੇ ਤੁਹਾਡੀਆਂ ਉਹਨਾਂ ਨਾਲ ਮੀਟਿੰਗਾਂ ਨੇ, ਤੇ ਇਹ ਗਦਾਰ ਨੀ ਤੇ ਹੋਰ ਕੀ ਹੈ, ਇਹ ਟੁਕੜ ਬੋਚ ਨੀ ਤੇ ਹੋਰ ਕੀ ਹੈ, ਇਹ ਕੌਮ ਦੀਆਂ ਜੜਾਂ ਵੱਢਣਾ ਨਹੀਂ ਤੇ ਹੋਰ ਕੀ ਹੈ। ਸੰਗਤ ਜੀ, ਮੈਂ ਤੁਹਾਡੇ ਕੋਲੋਂ ਵੀ ਜਵਾਬ ਮੰਗਣਾ ਚਾਹੁੰਦਾ, ਜਿਹੜੇ ਇਹੋ ਜਿਹੇ ਬੰਦਿਆਂ ਦੇ ਪਿੱਛੇ ਲੱਗੇ ਫਿਰਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਹਿਲਾਂ ਇਹਨਾਂ ਨੂੰ ਮੱਥਾ ਟੇਕਦੇ ਆ, ਕਿਉਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਵੱਡੇ ਬਣਾਉਣੇ ਹੋ? ਸਾਡੇ ਲਈ ਸਿਰਫ ਗੁਰੂ ਗ੍ਰੰਥ ਸਾਹਿਬ ਵੱਡਾ, ਸਾਡਾ ਸਭ ਕੁਛ ਉਹੀ ਹੈ। ਇੱਥੇ ਬਾਬਾ ਕੋਈ ਚੰਗੀ ਗੱਲ ਦੱਸ ਸਕਦਾ ਉਹ ਮੰਨ ਲਓ, ਪਰ ਤੁਸੀਂ ਇੱਥੇ ਸਾਡੇ ਕਰਦੇ ਕੀ ਨੇ? ਜ਼ਿਆਦਾਤਰ ਬੀਬੀਆਂ ਗੁਰੂ ਗ੍ਰੰਥ ਸਾਹਿਬ ਨੂੰ ਬਾਅਦ ਚ ਮੱਥਾ ਟੇਕਣਗੀਆਂ, ਆ ਬਾਬਿਆਂ ਦੇ ਪੈਰਾਂ ਦੇ ਵਿੱਚ ਸਭ ਤੋਂ ਪਹਿਲਾਂ ਬੈਠਣਗੀਆਂ। ਇਹਨਾਂ ਬਾਬਿਆਂ ਨੇ ਬੇੜਾ ਗਰਕ ਕੀਤਾ। ਆ ਹਫ਼ਤਾ ਪਹਿਲਾਂ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਕਿੱਡੀ ਵੱਡੀ ਕਰਤੂਤ ਉਹਦੀ ਦੱਸੀ ਆ, ਉਹ ਕਿਹੜਾ ਸੀ ਉਹ ਬਾਬਾ ਚਰਨ ਘਾਟ ਵਾਲਾ, ਕੀ ਕੁਛ ਕਰਦਾ ਰਿਹਾ, ਬਲਾਤਕਾਰ ਕਰਦਾ ਰਿਹਾ ਕੁੜੀਆਂ ਦੇ ਨਾਲ, ਉਹ ਡੇਰਿਆਂ ਦੇ ਵਿੱਚ ਹੋਰ ਹੁੰਦਾ ਕੀ, ਆਹੀ ਕੁਛ ਹੁੰਦਾ। ਮੈਂ ਡੇਰਿਆਂ ਦੇ ਨਾਲ ਜੁੜੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਓਏ ਭਰਾਵੋ ਹੱਥ ਬੰਨੇ, ਆਪਣੀਆਂ ਇੱਜ਼ਤਾਂ ਨੂੰ ਬਚਾਉਣ ਦਾ ਟਾਈਮ ਹੈ, ਨਾ ਕਿ ਡੇਰਿਆਂ ਦੇ ਵਿੱਚ ਧੀਆਂ ਭੈਣਾਂ ਨੂੰ ਭੇਜਣਾ। ਉੱਥੇ ਹਵਾਨ ਬੈਠੇ ਹੈ। ਇਸ ਕਰਕੇ ਅਸਲੀਅਤ ਨੂੰ ਪਹਿਚਾਣੋ, ਕੌਮ ਦਾ ਕੌਣ ਹੈ, ਕੌਮ ਦੀ ਗੱਲ ਕੌਣ ਕਰਦਾ, ਤੇ ਕੌਮ ਦੀਆਂ ਜੜਾਂ ਚ ਦਾਤੀ ਕੌਣ ਫੇਰਦੇ ਆ? ਦਾਦੂ ਵਾਲ ਵਰਗੇ ਦਾਤੀ ਫੇਰਨ ਵਾਲੇ ਲੋਕ ਹੈ। ਬਿਆਸ ਡੇਰੇ ਦੇ ਵਿੱਚ ਗੁਰਤਾ ਗੱਦੀ, ਇਹਨਾਂ ਦਾ ਕੋਈ ਡੇਰਾ ਹੂ ਪਤਾ ਨੀ ਕਿਹੜੇ ਨਾਮ, ਜਗਮਾਲਪੁਰੀ ਪਤਾ ਨੀ ਕਿੱਥੇ, ਉੱਥੇ ਦਾਦੂ ਵਾਲ ਦਾ ਕੰਮ ਕੀ ਹੈ? ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਇਹ ਬੰਦਾ, ਆਰਐਸਐਸ ਤੋਂ ਮੋਟਾ ਫੰਡ ਲੈ ਕੇ, ਪੈਸੇ ਲੈ ਕੇ ਆਰਐਸਐਸ ਦੀਆਂ ਜੜਾਂ ਮਜ਼ਬੂਤ ਕਰ ਰਿਹਾ। ਬੀਜੇਪੀ ਦੇ ਬੰਦਿਆਂ ਨਾਲ, ਲੀਡਰਾਂ ਨਾਲ ਮੀਟਿੰਗਾਂ ਕਰਕੇ ਬੀਜੇਪੀ ਦੀ ਸਪੋਰਟ ਕਰ ਰਿਹਾ। ਤੇ ਫਿਰ ਇਹ ਦੱਸੋ ਕਿ ਜਿਹੜਾ ਬੰਦਾ ਅੱਜ ਬੀਜੇਪੀ ਦੀ ਸਪੋਰਟ ਕਰਦਾ ਹੈ, ਜਿਹੜਾ ਬੰਦਾ ਆਰਐਸਐਸ ਦੀਆਂ ਨੀਤੀਆਂ ਨੂੰ ਚੰਗਾ ਮੰਨਦਾ ਹੈ, ਤੇ ਜਿਹੜਾ ਬੰਦਾ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ, ਡੇਰਿਆਂ ਦੀਆਂ ਜਿੱਥੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਜਾਂਦਾ ਹੈ, ਤੇ ਉਹ ਸਾਡੀ ਕੌਮ ਦਾ ਭਲਾ ਕਿਵੇਂ ਕਰ ਦੂ ਬਾਈ? ਉਹ ਸਾਡੀ ਕੌਮ ਨਾਲ ਕਿੱਥੇ ਖੜ ਜੂ ਯਾਰ? ਇਹ ਗੱਲਾਂ ਕੌੜੀਆਂ ਨੇ ਪਰ ਇਹ ਹੈ ਸੱਚੀਆਂ ਨੇ। ਬੋਲਣਾ ਕਿਸੇ ਨੇ ਨੀ ਇਹਦੇ ਖਿਲਾਫ, ਹਰ ਕੋਈ ਡਰ ਜਾਂਦਾ, ਐ ਨਾ ਕਰਦੇ ਬਾ ਨਾ ਕਰਦੇ, ਐਡਾ ਕੋਈ ਖੱਬੀ ਖਾਨ ਨੀ। ਜੇ ਕੌਮ ਲਈ ਕਿਸੇ ਦੇ ਖਿਲਾਫ ਵੀ ਬੋਲਣਾ ਪਿਆ ਤਾਂ ਬੋਲਾਂਗੇ, ਇੱਕ ਠੋਕ ਕੇ ਬੋਲਾਂਗੇ ਯਾਰ। ਜਿਹੜਾ ਬੰਦਾ ਕੌਮ ਨੂੰ ਬੇਵਕੂਫ ਬਣਾ ਰਿਹਾ, ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਕੇ ਕਰੋੜਾਂ ਰੁਪਇਆ ਕੌਮ ਤੋਂ ਇਕੱਠਾ ਕਰ ਲੈਣਾ, ਕੰਮ ਕਿਹਦਾ ਕਰਨਾ? ਆਰਐਸਐਸ ਦਾ। ਵਡਿਆਈ ਕਿਹਦੀ ਕਰਨੀ? ਬੀਜੇਪੀ ਦੀ। ਤੇ ਜਦੋਂ ਗੁਰਤਾ ਗੱਦੀਆਂ ਡੇਰਿਆਂ ਦੇ ਵਿੱਚ ਦਿੱਤੀਆਂ ਜਾਣ, ਕਿਹਨੇ ਜਾਣਾ? ਦਾਦੂ ਵਾਲ ਨੇ। ਤੇ ਫਿਰ ਇਹ ਦੱਸ ਦੋ ਕਿ ਇਹ ਕਿਸੇ ਦਾ ਬੰਦਾ ਸਕਾ ਹੋ ਸਕਦਾ? ਸੰਗਤ ਜੀ, ਇਹੀ ਅੱਜ ਤੋਂ ਮੈਂ 5-6 ਸਾਲ ਪਹਿਲਾਂ ਵੀ ਇਹਦਾ ਜਿੱਥੇ ਗੁਰੂ ਘਰ ਬਣਾਇਆ ਹੋਇਆ, ਜਿੱਥੇ ਰਹਿੰਦਾ, ਉੱਥੇ ਮੈਂ ਧਰਨੇ ਦੇ ਵਿੱਚ 3-4 ਵਾਰੀ ਗਿਆ। ਲਗਭਗ ਸਾਰਾ ਪਿੰਡ, 90% ਪਿੰਡ ਇਹਦੇ ਬਾਰ ਚ ਬਹਿ ਗਿਆ ਸੀ
ਕਿ ਅਸੀਂ ਤੇਰੀ ਮੀਟਿੰਗ ਨਹੀਂ ਹੋਣ ਦੇਵਾਂਗੇ ਵਿਜੇ ਸਾਂਪਲੇ ਦੇ ਨਾਲ। ਪਰ ਇਹ ਬੰਦਾ ਧਰਨਾ, ਜਦੋਂ ਧਰਨਾ ਚੱਕਿਆ ਗਿਆ ਉਸ ਤੋਂ 10 ਦਿਨਾਂ ਬਾਅਦ ਫੇਰ ਮੀਟਿੰਗ ਕਰਕੇ ਸਪੈਸ਼ਲ ਫੋਟੋਆਂ ਪਾਈਆਂ, ਜਾਣ ਬੁੱਝ ਕੇ ਕਿਵੇਂ ਮੀਟਿੰਗ ਕਰ ਲਈ ਹੈ। ਇੰਨਾ ਹੰਕਾਰੀ ਬੰਦਾ ਤੇ ਇੰਨਾ ਗੁੰਡਾ ਬੰਦਾ ਹੈ ਤੇ ਕਹੂਗਾ ਦੂਜੇ ਨੂੰ ਆਹ ਪੰਥਕ ਨੀ, ਤੂੰ ਕੌਣ ਉਹਨੇ ਦੱਸਣ ਵਾਲਾ ਵੀ ਯਾਰ ਆਹ ਫਲਾਣਾ ਪੰਥਕ ਨੀ, ਆਹ ਪੰਥਕ ਨੀ। ਤੂੰ ਆਪ ਸਹੀ ਹੈ ਕਿ ਤੂੰ ਆਪ ਡੇਰਿਆਂ ਦੇ ਵਿੱਚ ਜਾਂਦਾ ਨੀ, ਤੂੰ ਆਪ ਬੀਜੇਪੀ ਨਾਲ ਮੀਟਿੰਗਾਂ ਕਰਦਾ ਨੀ, RSS ਦੇ ਏਜੰਡੇ ਤੇ ਤੂੰ ਚੱਲਦਾ ਨੀ, ਇੱਥੇ ਹੋ। ਕੌਮ ਨੂੰ ਖਤਰਾ ਹੀ ਇਹਨਾਂ ਗਦਾਰਾਂ ਤੋਂ ਹੈ, ਸਾਨੂੰ ਆਪਦਾ ਹੀ ਮਾਰ ਰਹੇ ਨੇ ਤੇ ਅਸੀਂ ਕੀ ਦੇਖ ਲੈਂਦੇ ਹਾਂ। ਬੰਦੇ ਦੇ ਸਿਰ ਤੇ ਦਮਾਲ ਹੈ, ਦਾੜਾ ਪ੍ਰਕਾਸ਼ ਹੈ, 5 ਕਕਾਰ ਪਾਏ ਹੋਏ ਨੇ ਤੇ ਚੋਲਾ ਪਾਇਆ ਹੋਇਆ ਬਾਬਾ, ਅਸੀਂ ਮੱਥੇ ਟੇਕਣ ਲੱਗ ਜਾਂਦੇ ਹਾਂ, ਬੀਬੀਆਂ ਪੈਰਾਂ 'ਚ ਡਿੱਗਣ ਲੱਗ ਜਾਂਦੀਆਂ ਨੇ, ਕੋਈ 100 ਦਾ ਨੋਟ, ਕੋਈ 500 ਦਾ ਨੋਟ। ਸਾਡੀ ਕੌਮ ਦੇ ਵਿੱਚ ਭਰਾਵੋ ਪਹਿਰੂਪੀਏ ਵੜ ਗਏ ਨੇ, ਸਾਡੇ ਵਰਗਾ ਉਹਨਾਂ ਨੇ ਰੂਪ ਧਾਰਨ ਕਰ ਲਿਆ, ਭਾਵੇਂ ਅੰਮ੍ਰਿਤ ਛਕ ਲਿਆ, 5 ਕਕਾਰ ਪਹਿਨੇ ਹੋਏ ਨੇ, ਪਰ ਜੜਾਂ ਉਹਨਾਂ ਦੀਆਂ ਨਾਗਪੁਰੋਂ ਲੱਗੀਆਂ ਹੋਈਆਂ ਨੇ, ਜੜਾਂ ਉਹਨਾਂ ਦੀਆਂ ਤਾਰਾਂ ਉਹਨਾਂ ਦੇ ਉੱਥੇ ਖੜਕਦੀਆਂ ਨੇ ਨਾਗਪੁਰ। ਕਈ ਬੰਦੇ ਆ ਇਕੱਲੇ ਇਕੱਲੇ ਨੂੰ ਨੰਗਾ ਕਰਾਂਗੇ, ਕਈ ਬੰਦੇ ਆ ਜਿਹੜੇ ਨਾਗਪੁਰੋਂ ਚੱਲਦੇ ਆ ਤੇ ਪਾ ਕੇ ਚੋਲੇ ਰੱਖਦੇ ਆ ਚਿੱਠੇ, ਚੰਗੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਕਬਜ਼ੇ ਆ, ਚੰਗੀਆਂ ਲੋਕਾਂ ਦੀਆਂ ਜ਼ਮੀਨਾਂ ਤੇ ਇਹਨਾਂ ਨੇ ਕਬਜ਼ੇ ਕੀਤੇ ਹੋਏ ਆ ਤੇ ਚੰਗਾ ਗੁੰਡਾਗਰਦੀ, ਚੰਗੀ ਰਹਿ, ਚੰਗੀਆਂ ਗੱਡੀਆਂ, ਚੰਗਾ ਪੈਸਾ ਖੁੱਲਾ ਉਡਾਉਂਦੇ ਆ ਤੇ ਸਾਡੇ ਵਾਲੇ ਇਹਨਾਂ ਨੂੰ ਚੜਾਵਾ ਚੜਾਈ ਜਾਂਦੇ ਆ। ਓਏ ਇਸ ਗੱਲ ਦਾ ਦੁੱਖ ਹੈ ਕਿ ਜਿਹੜਾ ਬੰਦਾ ਕੌਮ ਦੀਆਂ ਜੜਾਂ 'ਚ ਦਾਤੀ ਪਾਈ ਬੈਠਾ ਹੈ, ਜਿਹੜਾ ਬੰਦਾ RSS ਨਾਲ ਸੰਬੰਧ ਬਣਾਈ ਬੈਠਾ ਹੈ, ਜਿਹੜਾ ਬੰਦਾ BJP ਨਾਲ ਮੀਟਿੰਗਾਂ ਕਰਦਾ ਹੈ ਤੇ ਸਾਡੇ ਬੰਦੇ ਉਹਨੂੰ ਪੂਜੀ ਜਾਂਦੇ ਆ, ਯਾਰ ਇਹੋ ਜਿਹਾ ਬੰਦਾ ਕੌਮ ਦਾ ਨਹੀਂ ਹੋ ਸਕਦਾ। ਸਾਡੇ ਜਥੇਦਾਰ ਨੂੰ ਮੈਂ ਬੇਨਤੀ ਕਰਦਾ SGPC ਦੇ ਨੂੰ ਕਿ ਆ ਜਿਹੜਾ ਬੰਦਾ ਆ ਡੇਰਿਆਂ ਨੂੰ ਪ੍ਰਮੋਟ ਕਰਦਾ, ਜਿਹੜਾ ਬੰਦਾ ਡੇਰਿਆਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸਿੱਖ ਘਾਉਂਦਾ, ਕਿ ਇਹੋ ਜਿਹੇ ਬੰਦਿਆਂ ਨੂੰ ਨੱਥ ਨਹੀਂ ਪੈਣੀ ਚਾਹੀਦੀ, ਕਿ ਇਹੋ ਜਿਹੇ ਬੰਦਿਆਂ ਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਸਜ਼ਾ ਨਹੀਂ ਦੇਣੀ ਚਾਹੀਦੀ। ਅਸੀਂ ਤਾਂ ਪਹਿਲਾਂ ਹੀ ਕਿੱਥੋਂ ਕਿੱਥੇ ਚਲੇ ਗਏ ਤੇ ਇਹ ਬੰਦੇ ਹੋਰ ਸਾਡੀਆਂ ਜੜਾਂ ਨੂੰ ਚੰਬੜੇ ਹੋਏ ਆ। ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ, ਓਏ ਭਰਾਵੋ ਬੋਲ ਪਿਆ ਕਰੋ, ਇਹਨਾਂ ਨੂੰ ਸੇਕ ਲੱਗੇ। ਜਦੋਂ ਆਪਾਂ ਬੋਲਦੇ ਨੇ ਆਪਾਂ ਕਹਿ ਦਿੰਦੇ ਆਪਾਂ ਕੀ ਲੈਣਾ, ਓਏ ਭਰਾਵੋ ਆਪਾਂ ਕੀ ਲੈਣਾ, ਇਸ ਗੱਲ ਕਰਕੇ ਪੰਜਾਬ ਕਿੱਥੇ ਚਲਾ ਗਿਆ। ਓਏ ਪੰਜਾਬ ਨੂੰ ਆਪਣਾ ਸਮਝੋ, ਸਾਡੀਆਂ ਜੜਾਂ ਵੱਢੀਆਂ ਜਾ ਰਹੀਆਂ ਨੇ, ਸਾਡੀ ਹੋਂਦ ਖਤਮ ਕਰਨ ਤੇ ਲੱਗੇ ਹੋਏ ਨੇ। ਇੱਥੇ ਮੈਂ ਕਈ ਬੰਦਿਆਂ ਨੂੰ ਕਹਿ ਦੇਣਾ, ਕਈ ਬੰਦੇ ਨਾ ਪਿੰਡ ਦੀਆਂ ਗਲੀਆਂ ਨਾਲਿਆਂ ਨੂੰ ਵਿਕਾਸ ਸਮਝਣ ਲੱਗ ਜਾਂਦੇ ਆ, 4 ਇੱਟਾਂ ਲਾਤੀਆਂ ਕਹਿੰਦੇ ਉਹ ਵਿਕਾਸ ਹੋ ਗਿਆ ਜੀ, ਬਹੁਤ ਵਧੀਆ ਕੰਮ। ਉਹ ਭਰਾਵੋ ਵਿਕਾਸ ਤੋਂ ਕੀ ਕਰਾਉਂਗੇ, ਤੁਹਾਨੂੰ ਖੋਖਲਾ ਤਾਂ ਕੀਤਾ ਜਾ ਰਿਹਾ, ਤੁਹਾਡੇ ਮੁੰਡਿਆਂ ਤੇ NSA ਲਾ ਕੇ ਡਿਬਰੂਗੜ੍ਹ ਸਿੱਟਿਆ ਜਾ ਰਿਹਾ, ਆਹ ਦਾਦੂ ਵਾਲਾ ਵਰਗੇ ਤੁਹਾਡੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਨੇ, ਉਹ ਜਦੋਂ ਤੁਸੀਂ ਇਹਨੇ ਰਹੇ ਪਿੰਡ ਦੇ ਵਿਕਾਸ ਤੋਂ ਕੀ ਕਰਾਉਂਗੇ। ਓਏ ਸਮਝੋ, ਤੁਹਾਡੀ ਬੋਲੀ ਮਾਰੀ ਜਾ ਰਹੀ ਹੈ, ਤੁਹਾਡੇ ਪਾਣੀ ਮਾਰੇ ਜਾ ਰਹੇ ਨੇ, ਘਰ ਘਰ ਕੈਂਸਰ ਵਰਗੇ ਕਾਲੇ ਪੀੜੇ ਹੋ ਗਏ। ਓਏ ਉੱਧਰ ਨੂੰ ਧਿਆਨ ਮਾਰ ਲਓ, ਓਏ ਉੱਧਰ ਨੂੰ ਧਿਆਨ ਮਾਰ ਲਓ, ਓਏ ਇਕੱਲੀਆਂ ਗਲੀਆਂ ਨਾਲੀਆਂ ਤੱਕ ਨਾ, ਓਏ ਹਿਸਾਬ ਲਾਇਆ ਕਰੋ ਕਿ ਗਲੀਆਂ ਨਾਲੀਆਂ ਬਣ ਗਈਆਂ ਜੀ, ਸਰਕਾਰ ਬਹੁਤ ਚੰਗੀ ਹੈ। ਭਰਾਵੋ ਗੱਲ ਹੋਣ ਦੀ ਕਰਿਆ ਕਰੋ, ਗੱਲ ਬੋਲੀ ਦੀ ਦੇਖੋ ਬੋਲੀ ਕਿੱਥੇ ਚਲੀ ਗਈ। ਸਾਡੇ ਪਾਣੀ ਕਿਹੋ ਜਿਹੇ ਗੰਧਲੇ ਹੋ ਗਏ, ਸਾਡਾ ਵਾਤਾਵਰਨ ਕਿਹੋ ਜਿਹਾ ਹੋ ਗਿਆ, ਸਾਡੀ ਹੋਂਦ, ਅਸੀਂ ਕਿੰਨੇ ਕੁ ਗੁਲਾਮ ਆ, ਕਿੰਨੇ ਕੁ ਆਜ਼ਾਦ ਆ,
ਇਹ ਚੀਜ਼ਾਂ ਸੋਚ ਲਿਆ ਕਰੋ। ਇਹ ਕੱਲਾ ਖੁੰਡਾਂ ਤੇ ਬਹਿ ਕੇ ਇਹ ਨਾ ਸੋਚਿਆ ਕਰੋ ਕਿ ਯਾਰ ਆਹ ਗਲੀ ਬਣ ਗਈ, ਆਹ ਸੜਕ ਬਣ ਗਈ, ਆਹ ਨਾਲੀ ਬਣ ਗਈ, ਇਹ ਵਿਕਾਸ ਨਹੀਂ ਹੁੰਦਾ। ਇਹਨਾਂ ਦੇ ਸਹਾਰੇ ਤੁਹਾਡਾ ਵਿਨਾਸ਼ ਕੀਤਾ ਜਾ ਰਿਹਾ, ਆਹ ਗਲੀਆਂ ਨਾਲੀਆਂ ਦੇ ਸਹਾਰੇ ਤੁਹਾਨੂੰ ਮਾਰਿਆ ਜਾ ਰਿਹਾ। ਤੁਸੀਂ ਖੁਸ਼ ਹੋ ਜਾਂਦੇ ਹੋ, ਇੱਕ ਓਹਲੇ ਦੇ ਵਿੱਚ ਰੱਖ ਕੇ ਸਰਕਾਰਾਂ ਮਾਰ ਦਿੰਦੀਆਂ ਨੇ ਤੁਹਾਨੂੰ। ਇਸ ਕਰਕੇ ਭਰਾਵੋ, ਆ ਇਹਨਾਂ ਬਾਬਿਆਂ ਬੂਬਿਆਂ ਦੇ ਪਿੱਛੇ ਲੱਗਣਾ ਛੱਡ ਦੋ। ਇਹਨਾਂ ਦੀਆਂ ਕਰਤੂਤਾਂ ਤੁਹਾਡੇ ਸਾਹਮਣੇ ਆਈ ਜਾਂਦੀਆਂ ਨੇ। ਕਿਸੇ ਦਾ ਕਾਂਗਰਸ ਦੇ ਨਾਲ ਪੂਰਾ ਗੂੜਾ ਸੰਬੰਧ ਹੈ, ਕਿਸੇ ਦਾ ਝਾੜੂ ਵਾਲਿਆਂ ਨਾਲ ਹੈ, ਕਿਸੇ ਦਾ ਬਾਦਲਕਿਆਂ ਨਾਲ ਹੈ, ਕਿਸੇ ਦਾ ਆਰਐਸਐਸ ਨਾਲ ਹੈ, ਕਿਸੇ ਦਾ ਬੀਜੇਪੀ ਨਾਲ ਹੈ, ਤੇ ਗੁਰੂ ਨਾਲ ਤਾਂ ਇਹਨਾਂ ਨੇ ਸੰਬੰਧ ਹੀ ਤੋੜੇ ਹੋਏ ਹੈ। ਸਿੱਖ ਕੌਮ ਨੂੰ ਤਾਂ ਇਹ ਵਰਤਦੇ ਹੈ, ਪੱਗਾਂ ਬੰਨ ਕੇ ਪੈਸਾ ਲੁੱਟਣਾ ਹੁੰਦਾ ਉਦੋਂ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ, ਪਰ ਜਦੋਂ ਇਹਨਾਂ ਨੂੰ ਸਮਝੌਤੇ ਹੁੰਦੇ, ਇਹਨਾਂ ਨੂੰ ਚੜਾਵੇ ਚੜਦੇ ਤਾਂ ਆਰਐਸਐਸ ਚੜਾਉਂਦੀ ਹੈ, ਆ ਬੀਜੇਪੀ ਵਰਗੇ ਚੜਾਵੇ ਚੜਾਉਂਦੇ ਹੈ। ਬਰਗਾੜੀ ਕੀ ਹੋਇਆ ਸੀ? ਆਹੀ ਕੁਛ ਤਾਂ ਦਾਦੂਵਾਲ ਵਰਗਿਆਂ ਨੇ ਵਿਕ ਕੇ ਉਹ ਧਰਨਾ ਵੇਚਿਆ ਸੀ। ਕਿੰਨੀਆਂ ਜ਼ਮੀਨਾਂ ਨੇ, ਇੱਕ ਪਿੰਡ ਦੀਆਂ ਧੀਆਂ ਮੇਰੇ ਕੋਲ ਆਈਆਂ, ਉਹਨਾਂ ਦੀ ਜ਼ਮੀਨ ਇਹਨੇ ਦੱਬ ਰੱਖੀ ਹੈ ਦਾਦੂਵਾਲ ਨੇ। ਉਹ ਇਹਨੇ ਕੀ ਕੁਛ ਜੇ ਕੀ ਚਿੱਠੇ ਦੱਸੀਏ, ਇਹਦੇ ਚਿੱਠੇ ਬਹੁਤ ਨੇ ਮੇਰੇ ਕੋਲ। ਕੱਲੀ ਕੱਲੀ ਗੱਲ ਤੇ ਚੰਨ ਨਾ ਪਾਵਾਂਗੇ, ਪਰ ਭਰਾਵੋ ਬਚੋ ਇਹੋ ਜਿਹੇ ਠੱਗ ਲੋਕਾਂ ਤੋਂ, ਬਚੋ ਇਹੋ ਜਿਹੇ ਦਮੂਹੇ ਸੱਪਾਂ ਤੋਂ, ਬਚੋ ਇਹਨਾਂ ਤੋਂ। ਇਹ ਆਰਐਸਐਸ ਨੇ ਛੱਡੇ ਹੋਏ ਸੱਪ ਨੇ, ਇਹ ਆਰਐਸਐਸ ਦੇ ਏਜੰਟ ਨੇ। ਇਹ ਗੱਲਾਂ ਸਾਬਤ ਹੋ ਗਈਆਂ ਨੇ, ਕਲੀਅਰ ਹੋ ਗਈਆਂ ਨੇ। ਆ ਜਿਹੜਾ ਬੰਦਾ ਪਾ ਕੇ ਗਾਤਰੇ ਰੱਖ ਕੇ ਦਾੜੀਆਂ ਖੜਾ ਇਹਨਾਂ ਚ, ਆ ਡੇਰੇ ਵਾਲਿਆਂ ਚ, ਆ ਦੇਖ ਸਕਦੇ ਜਿਹਨੇ ਫੋਟੋ ਨਹੀਂ ਦੇਖੀ, ਆ ਸਾਈਡ ਤੇ ਦਾਦੂਵਾਲ ਖੜਾ, ਤੇ ਆਹ ਡੇਰਾ ਬਿਆਸ ਦਾ ਮੁਖੀ ਖੜਾ, ਤੇ ਜਿਹੜਾ ਨਵਾਂ ਜਿਹੜਾ ਗੱਦੀ ਤੇ ਬਿਠਾਇਆ ਉਹ ਖੜਾ, ਤੇ ਜਿਹੜਾ ਡੇਰਾ ਬਿਆਸ ਦਾ ਬਿਆਸ ਡੇਰੇ ਦਾ ਮੁਖੀ ਚੁਣਨਾ ਉਹ ਵੀ ਖੜਾ, ਤੇ ਆ ਗੁਰਿੰਦਰ ਢਿੱਲੋਂ ਜਿਹੜਾ ਹੁਣ ਮੌਜੂਦਾ ਮੁਖੀ ਆ ਬਿਆਸ ਡੇਰੇ ਦਾ ਉਹ ਖੜਾ, ਤੇ ਆ ਇਧਰ ਗਦਾਰ ਖੜਾ, ਆਰਐਸਐਸ ਦਾ ਏਜੰਟ ਖੜਾ, ਟੁਕੜ ਬੋਚ ਖੜਾ ਸਰਕਾਰਾਂ ਦਾ, ਆ ਦੇਖ ਸਕਦੇ ਹੋ ਤੁਸੀਂ। ਤਾਂ ਬਿਲਕਦਿਆਂ ਅੱਗ ਲੱਗਦੀ ਹੈ ਕਿ ਯਾਰ ਇਹ ਕੌਮ ਨੂੰ ਲੁੱਟਦੇ ਹੈ, ਪਾਗਲ ਬਣਾਉਂਦੇ ਹੈ। ਚਾਰ ਗੱਲਾਂ ਸੁਣਾ ਕੇ ਕੌਮ ਦੇ ਤੇ ਕਰੋੜਾਂ ਰੁਪਏ ਇਕੱਠੇ ਕਰਕੇ ਝੋਲੀ ਕਿੰਨਾ ਦੇ ਪਾਉਂਦੇ ਆ ਉਹ ਆਰਐਸਐਸ ਦੇ, ਉਹ ਨਾਗਪੁਰ ਵਾਲਿਆਂ ਦੇ, ਉਹ ਭੁੱਲ ਜਾਂਦੇ ਆ ਸਭ ਕੁਛ, ਸਾਡੇ ਗੁਰੂ ਨੇ ਸਾਡੇ ਲਈ ਕੀ ਕੀਤਾ ਸੀ। ਉਹ ਤੁਸੀਂ ਉਸੇ ਗੁਰੂ ਨੂੰ ਧੋਖਾ ਦਿੰਦੇ ਹੋ, ਉਹ ਇਸ ਕੌਮ ਨੂੰ ਧੋਖਾ ਦਿੰਦੇ ਹੋ, ਜਿਹੜੀ ਕੌਮ ਨੇ ਤੁਹਾਡੇ ਪੈਰ ਲਾਏ, ਕਰੋੜਾਂ ਰੁਪਇਆ ਤੁਸੀਂ ਕੌਮ ਦੇ ਸਿਰ ਤੋਂ ਇਕੱਠਾ ਕਰ ਲਿਆ, ਤੇ ਜਾ ਕੇ ਝੋਲੀ ਚ ਬਹਿ ਜਾਂਦੇ ਹੋ ਬੀਜੇਪੀ ਦੇ, ਜਾ ਕੇ ਖੜ ਜਾਂਦੇ ਹੋ ਡੇਰੇ ਵਾਲਿਆਂ ਨਾਲ। ਤਾਂ ਦੁੱਖ ਆਉਂਦਾ ਭਰਾਵੋ, ਪੰਜਾਬ ਦੇ ਲੋਕੋ, ਜਿੰਨੇ ਵੀ ਜੋਗੇ ਹੈਗੇ ਆ ਬੋਲਾਂਗੇ, ਜਦੋਂ ਤੱਕ ਜਾਣ ਰਹੂਗੀ ਬੋਲਾਂਗੇ। ਰਾਹ ਔਖੇ ਹੈ, ਸੱਚ ਵਾਲਿਆਂ ਨਾਲ ਕੋਈ ਖੜਦਾ ਹੁੰਦਾ, ਇੱਥੇ ਝੂਠ ਦੇ ਨਾਲ ਹੀ ਹਰ ਕੋਈ ਤੁਰਿਆ ਫਿਰਦਾ ਹੁੰਦਾ। ਹਮੇਸ਼ਾ ਸੱਚ ਦੀ ਲੀਕ ਤੇ ਚੱਲਦੇ ਰਹਾਂਗੇ, ਭਾਵੇਂ ਇਕੱਲੇ ਰਹਿ ਜਾਈਏ ਕੋਈ ਦੁੱਖ ਨਹੀਂ, ਪਰ ਹਮੇਸ਼ਾ ਸੱਚ ਤੇ ਚੱਲਾਂਗੇ, ਸਿਧਾਂਤਾਂ ਤੇ ਚੱਲਾਂਗੇ, ਕਿਸੇ ਦੇ ਟੁਕੜਿਆਂ ਤੇ ਨਹੀਂ ਪਲਦੇ, ਕਿਸੇ ਦੇ ਟੁਕੜਿਆਂ ਤੇ ਨਹੀਂ ਪਲਦੇ। ਇਸ ਕਰਕੇ ਪੰਜਾਬ ਦੇ ਲੋਕੋ, ਜਦੋਂ ਕੋਈ ਇਹੋ ਜਿਹਾ ਬੰਦਾ ਕੰਮ ਕਰਦਾ, ਜਦੋਂ ਇਹੋ ਜਿਹੀਆਂ ਕੋਈ ਫੋਟੋਆਂ ਆਉਂਦੀਆਂ ਨੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ, ਉਦੋਂ ਬੋਲ ਪਿਆ ਕਰੋ ਭਰਾਵੋ। ਇਹ ਗਾਤਰੇ ਪਾ ਕੇ ਦਾੜੇ ਪ੍ਰਕਾਸ਼ ਕਰਕੇ ਇਹ ਡੇਰਿਆਂ ਜਾਣ ਵਾਸਤੇ ਨਹੀਂ ਬਣਾਏ ਸੀ, ਇਹਨਾਂ ਨੂੰ ਚੜਾਵੇ ਚੜਾਉਣੇ ਬੰਦ ਕਰ ਦੋ। ਆ ਬਾਬਿਆਂ ਨੂੰ ਇਹਨਾਂ ਨੂੰ ਲਾ ਲਓ ਥੱਲੇ, ਜਿਹੜੇ ਟੀਸੀਆਂ ਤੇ ਚਾੜਤੇ ਕਰੋੜਾਂ ਰੁਪਇਆ ਦੇ ਦੋ, ਚੰਗੀਆਂ ਗੱਡੀਆਂ ਖਰੀਦਿਆ, ਚੰਗੇ ਬਾਣੇ ਪਾਉਂਦੇ, ਚੰਗੇ ਬੂਟ ਸੂਟ ਸਭ ਕੁਛ ਚੰਗਾ। ਯਾਰ ਗਰੀਬ ਬੰਦਾ ਗਰੀਬ ਹੋਈ ਜਾਂਦਾ, ਬਾਬੇ ਅਮੀਰ ਹੋਈ ਜਾਂਦੇ ਆ, ਤੇ ਫਿਰ ਚੱਲ ਅਮੀਰ ਤਾਂ ਹੋ ਗਏ, ਕੌਮ ਦੀ ਗੱਲ ਤਾਂ ਕਰ ਲੈਣ, ਗੱਲ ਕਰਨੀ ਆਰਐਸਐਸ ਦੀ, ਏਜੰਡਾ ਚਲਾਉਣਾ ਬੀਜੇਪੀ ਦਾ, ਪ੍ਰਮੋਟ ਕਰਨਾ ਡੇਰਿਆਂ ਨੂੰ, ਗੱਲ ਤਾਂ ਇੱਥੇ ਖੜਦੀ ਆ ਕੇ ਯਾਰ। ਤਾਂ ਦੁੱਖ ਲੱਗਦਾ ਭਰਾਵੋ,
ਇੰਨੀਆਂ ਕੁ ਬੇਨਤੀਆਂ ਸੀ ਭਰਾਵੋ, ਇਹਨਾਂ ਨੂੰ ਨੰਗੇ ਕਰਦੇ ਰਿਹਾ ਕਰੋ, ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਕੌਮ ਇਹਨਾਂ ਦੇ ਖਿਲਾਫ ਹੈ। ਜਦੋਂ ਤੁਸੀਂ ਬੋਲਦੇ ਨੀ, ਕਹਿ ਦਿੰਦੇ ਆਪਾਂ ਕੀ ਲੈਣਾ ਯਾਰ, ਆਪਾਂ ਬੋਲ ਕੇ ਕੀ ਲੈਣਾ, ਕੀ ਹੋਜੂ, ਉਹ ਬੋਲਣ ਨਾਲ ਬਹੁਤ ਕੁਛ ਹੁੰਦਾ। ਪਤਾ ਲੱਗ ਜਾਂਦਾ ਇਹਨਾਂ ਨੂੰ ਕਿ ਹਾਂ ਵਿਰੋਧ ਕਰਨ ਵਾਲੇ ਬੰਦੇ ਖੜੇ ਆ, ਹੈਗੇ ਇਹਨਾਂ ਦੇ ਖਿਲਾਫ ਬੋਲਣ ਵਾਲੇ ਵੀ। ਇਹ ਕਹਾਉਂਦੇ ਆਪਦੇ ਆਪ ਨੂੰ ਗੁੰਡੇ ਕਿ ਸਾਡਾ ਕੋਈ ਖਿਲਾਫ ਨਹੀਂ ਬੋਲਦਾ। ਜਦੋਂ ਤੱਕ ਯੁਰਤ ਹੈ, ਜਦੋਂ ਤੱਕ ਸਾਹ ਚੱਲਦੇ ਹੈ, ਜਦੋਂ ਤੱਕ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਨਾਂ ਏਜੰਟਾਂ ਦੇ ਖਿਲਾਫ ਬੋਲਦੇ ਰਹਾਂਗੇ, ਪਰਦੇ ਖੋਲਦੇ ਰਹਾਂਗੇ। ਇੰਨੀਆਂ ਕੁ ਬੇਨਤੀਆਂ ਨੇ। ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ, ਕਿਉਂਕਿ ਫੋਲੋ ਮੈਂ ਤਾਂ ਕਹਿ ਦੇਣਾ ਉਹਨਾਂ ਭਰਾਵੋ, ਪੇਜ ਮੇਰੇ ਪਹਿਲਾਂ 3 ਬੰਦ ਕਰਤੇ ਸੱਚ ਬੋਲਣ ਦੇ ਕਰਕੇ। ਇਹ ਨਵਾਂ ਪੇਜ ਚਲਾਇਆ, ਇਹਦੀਆਂ ਰੀਚਾਂ ਘਟਾ ਦਿੰਦੇ ਆ, ਇਸ ਕਰਕੇ ਇਹਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਭਰਾਵੋ। ਆਉਣ ਵਾਲੇ ਟਾਈਮ ਦੇ ਵਿੱਚ ਕੱਲ ਨੂੰ ਜਾਂ ਪਰਸੋਂ ਨੂੰ ਇਹਦੀਆਂ ਜਿਹੜੀਆਂ ਕਰਤੂਤਾਂ ਨੇ ਉਹ ਵੀ ਨੰਗੀਆਂ ਕਰਾਂਗੇ, ਕਿੱਥੇ ਕਿੱਥੇ ਇਹਨੇ ਕਬਜ਼ੇ ਕੀਤੇ ਆ, ਕਿਹਦੀਆਂ ਇਹਨੇ ਜ਼ਮੀਨਾਂ ਦੱਬੀਆਂ ਨੇ, ਤੇ ਕਿਵੇਂ ਇਹ ਗੁੰਡਾਗਰਦੀ ਕਰਦਾ, ਕਿਵੇਂ ਇਹ ਤੋਂ ਲੋਕ ਡਰਦੇ ਆ, ਕਿਵੇਂ ਇਹ ਲੋਕਾਂ ਨੂੰ ਡਰਾਉਂਦਾ, ਇਹ ਗੱਲਾਂ ਸਾਰੀਆਂ ਦੱਸਾਂਗੇ ਕੱਲੀਆਂ ਕੱਲੀਆਂ। ਅੱਜ ਲਈ ਮਾਫ਼ ਕਰੋ, ਜਜ਼ਬਾਤੀ ਹੋ ਕੇ ਕੋਈ ਸ਼ਬਦ ਗਲਤ ਕਿਹਾ ਹੋਵੇ ਤਾਂ ਮਾਫ਼ ਕਰ ਦਿਓ।